पत्रकार सिव्या बैग की लंघ रहा सी तां भूत टकरी कि सिवे बढ़ रहे है इस वक्त सिव्या के बच्चे हैं भूत उन्होंने दिखाई नहीं देने जगदेव जी पहला की कह रहे थे लंघ रहे सब तो पहला मनिंदर जी इतने एक बाई जी बैठे आ घटो घट दो दर्जन के करीब नौजवान खड़े हथां च सरिंजा जी अच्छा हां हथां च सरिंजा लहु नाल लत पत खड़े जी दोस्तों तुसीं एक पंजाबी दा गाना सुनिया होना कि जट सिव्या चो लंघिया चंडेल टकरी तो अज पत्रकार सिव्या बैग की लंघ रहा सी तां भूत टकरी मैं इस वक्त रामबाग दे विच खड़ा हाँ सिव्या दे विच खड़ा हाँ उत्थों दी मैं लंघ रहा सी उहदे कोल दी तां मैनूं रोक लिया मैं ते मेरे साथी मेरे नाल जगदेव ढल्ला साथी ने असीं लंघ रहे सी तां सानूं रोक लिया दुख दसण वास्ते कहिंदे दुख दसणा साडे नाम ते ग्रांटा बहुत खादियां जांदियां साडा बड़ा कुछ है सानू असी किस तरीके दे नाल इत्थे आए हैं कि संताप झले है वो सारे ते असी कहिंदे अज तुहाडे नाल चर्चा करनी है सानू भूतां ने रोक लिया रात दा टाइम है डर भी लगी जांदा क्योंकि डर तो तुहानू पता भी जदों भूत दा नाम आ गया तो डर तो लगना सुभाविक है तो आ तुसीं देख रहे हो कि सिवे बढ़ रहे हैं इस वक्त सिव्या दे विच हैं भूत उहनूं दिखाई नहीं देने कि तुहानू पता ही है कि भूत ना कैमरे च आवे ते ना कुछ ना उहदी आवाज़ सानू पता नहीं किवें की लग्या उहनूं उहने दुख दसना सी की गल सी सानू रोक लिया सानू उहने दुख दस्या है दुख ते भी चर्चा करांगे भी की कह पहलां आपां इधर आ जाइए जगदेव जी आ जाओ क्योंकि वह इत्थे खड़े है तो फिर वो आपां सारी गलबात सुन जगदेव जी पहलां की कह रहे थे आपां लंघ रहे सी सब तो पहलां मनिंदर जी इत्थे एक बाई जी बैठे आ अच्छा दिखाई नहीं दे रहे किसी नूं हाँ जी ये दिखाई नहीं दे रहे मेरी इन्हां नाल हुणे गल होई सीगी ये आम किसी पब्लिक नूं दिखाई नहीं देना इन्हां ने ये बाई जी कह रहे जी मैं एक ਗੱਡੀ ਤੇ ਡਰਾਈਵ ਕਰਕੇ ਗੱਡੀ ਚਲਾ ਰਿਹਾ ਸੀ ਰੋਡ ਤੇ ਹਾਂਜੀ ਟੁੱਟੀਆਂ ਸੜਕਾਂ ਤੋਂ ਜਦੋਂ ਮੈਂ ਗੁਜ਼ਰ ਰਿਹਾ ਸੀ ਹਾਂਜੀ ਤਾਂ ਕੀ ਹੋਇਆ ਜੀ ਇੱਕ ਹਾਦਸਾ ਵਾਪਰਿਆ ਜਿਹਦੇ 'ਚ ਮੈਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਮੈਨੂੰ ਚੱਕ ਕੇ ਜੀ ਉੱਥੋਂ ਦੇ ਲੋਕਾਂ ਨੇ ਕਿਸੇ ਸੰਸਥਾਵਾਂ ਨੇ ਮੈਨੂੰ ਇੱਕ ਹੋਸਪਿਟਲ 'ਚ ਪਹੁੰਚਾਇਆ ਹੋਸਪਿਟਲ ਦੇ ਵਿੱਚ ਕਹਿੰਦੇ ਕੋਈ ਡਾਕਟਰ ਨਾ ਹੋਣ ਕਰਕੇ ਜੀ ਮੈਨੂੰ 2 ਘੰਟੇ ਲਈ ਫਿਰੇ ਜੀ ਉਸ ਡਾਕਟਰ ਕੋਲ ਜਾਂਦੇ ਉਹਦੇ ਕੋਲ ਜਾਂਦੇ ਕਿਸੇ ਸਰਕਾਰੀ ਹਸਪਤਾਲ 'ਚ ਕਿਸੇ ਕੋਈ ਡਾਕਟਰ ਨਹੀਂ ਸੀਗਾ ਜੀ ਜਦੋਂ ਤੱਕ ਮੇਰੇ ਇਲਾਜ ਦੀ ਪ੍ਰਕਿਰਿਆ ਜੀ ਉਦੋਂ ਤੱਕ ਮੈਂ ਆਪਦੀ ਜੀਵਨ ਲੀਲਾ ਖਤਮ ਕਰਕੇ ਧਰਮਰਾਜ ਦੀ ਕਚਹਿਰੀ 'ਚ ਪਹੁੰਚ ਚੁੱਕਾ ਸੀ ਅਤੇ ਔਰ ਪਿੱਛੇ ਆਪਣੇ ਮੈਂ ਆਪਦੇ ਛੋਟੇ ਜਿਹੇ 2 ਬੱਚੇ ਇੱਕ ਘਰ ਵਾਲੀ ਬਿਰਧ ਮਾਂ ਬਾਪ ਛੱਡ ਕੇ ਆ ਗਿਆ ਅਤੇ ਮੈਂ ਇੱਥੇ ਬੜਾ ਤੜਫ ਰਿਹਾ ਕਹਿੰਦਾ ਮੈਂ ਇਸ ਸਿਸਟਮ ਨੂੰ ਤੜਫ ਰਿਹਾ ਰੋ ਰਿਹਾ ਜੀ ਇਸ ਸਿਸਟਮ ਨੂੰ ਵੀ ਤੁਸੀਂ ਇੱਥੇ ਕਿੱਡੇ ਸੋਹਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ਮਸ਼ਾਨ ਘਾਟ ਜਿਹਨਾਂ ਨੂੰ ਅਸੀਂ ਰਾਮਬਾਗ ਸ਼ਮਸ਼ਾਨ ਘਾਟ ਜਾਂ ਸਿਵੇ ਕਹਿ ਦਿੰਦੇ ਹਾਂ ਵੀ ਇੰਨੇ ਵਧੀਆ ਬਣਾਏ ਜਾ ਰਹੇ ਆ ਜਦਕਿ ਸੜਕਾਂ ਦਾ ਹਸਪਤਾਲਾਂ ਦਾ ਕੋਈ ਹਾਲ ਨਹੀਂ ਜੀ ਜਿੱਥੋਂ ਕਿ ਲੋਕ ਜੇਕਰ ਕਹਿੰਦਾ ਜੇ ਇਹ ਇੱਧਰ ਇੱਥੋਂ ਦੇ ਰੁਪਈਏ ਕਿਸੇ ਹਸਪਤਾਲ 'ਤੇ ਕਿਸੇ ਰੋਡ 'ਤੇ ਲੱਗੇ ਹੁੰਦੇ ਸ਼ਾਇਦ ਅੱਜ ਮੇਰਾ ਪਰਿਵਾਰ ਨਾ ਰੁਲਦਾ ਤਾਂ ਮੈਨੂੰ ਇੱਥੋਂ ਤੱਕ ਆਉਣ ਦੀ ਨੌਬਤ ਨਾ ਪੈਂਦੀ ਉਹਨੇ ਇੱਕ ਗੱਲ ਇਹ ਵੀ ਆਖੀ ਆ ਉਹ ਕਹਿੰਦਾ ਵੀ ਮੇਰਾ ਜਿਹੜਾ ਵੀ ਕੋਈ ਮਰ ਜਾਂਦਾ ਉਹਦਾ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਮਤਲਬ ਜਿਹੜਾ ਬੰਦਾ ਜਿਉਂਦਾ ਉਹਦਾ ਇੱਥੇ ਆਉਣ ਨੂੰ ਜੀ ਨਹੀਂ ਕਹਿ ਰਿਹਾ ਅਤੇ ਜਿਹੜਾ ਮਰ ਚੁੱਕਿਆ ਉਹਦਾ ਇੱਥੋਂ ਜਾ ਨਹੀਂ ਸਕਦਾ ਅਤੇ ਫਿਰ ਇੱਥੇ ਕਹਿੰਦੇ ਪੈਸੇ ਕਹਿੰਦੇ ਅਸੀਂ ਲਾਈ ਜਾਂਦੇ ਇੱਥੇ ਇੱਕ ਨਾਲ ਮਾਤਾ ਜੀ ਬੈਠੇ ਜੀ ਉਹ ਬੜੇ ਦੁੱਖ ਨਾਲ ਕਹਿ ਰਹੇ ਜੀ ਪਰ ਪਾਸੇ ਹਾਂ ਉਹ ਮਾਤਾ ਜੀ ਕਹਿ ਰਹੇ ਆ ਕਹਿੰਦੇ ਕਿ ਮੈਂ ਬੇਟਾ ਇੰਨਾ ਦੁਖੀ ਹੋ ਕੇ ਮੇਰਾ ਪੁੱਤ ਨੌਜਵਾਨ ਨਸ਼ਿਆਂ ਨੇ ਖਾ ਲਿਆ ਸਰਕਾਰਾਂ ਦੀਆਂ ਨੀਤੀਆਂ ਜਿਹੜੇ ਕਿ ਕੁੱਤੇ ਲੋਕਾਂ ਦਾ ਕੁੱਤਾ ਸਿਸਟਮ ਜਿਨ੍ਹਾਂ ਨੇ ਕਿ ਨੌਜਵਾਨ ਪੁੱਤ ਮਾਰਤਾ ਮੇਰਾ ਕਹਿੰਦੀ ਨਾਲ ਮੇਰਾ ਪੁੱਤ ਬੈਠਾ ਮੈਂ ਪੁੱਤ ਨੂੰ ਰੋਂਦੀ ਰੋਂਦੀ ਪੁੱਤ ਦੇ ਪਿੱਛੇ ਆ ਗਈ ਕਹਿੰਦੀ ਜੀ ਪਿੱਛੇ ਆਉਣ ਕਰਕੇ ਪੁੱਤ ਦੇ ਕਹਿੰਦੀ ਅੱਜ ਮੈਂ ਉਹਨਾਂ ਲੋਕਾਂ ਨੂੰ ਉਡੀਕ ਰਹੀ ਹਾਂ ਜਿਨ੍ਹਾਂ ਨੇ ਮੇਰਾ ਪੁੱਤ ਮਾਰਿਆ ਕਿ ਨਸ਼ੇ ਵੇਚਣ ਵਾਲੇ ਉਹ ਤੁਸੀਂ ਜਲਦੀ ਇੱਥੇ ਆਓ ਤੁਹਾਡੇ ਪੁੱਤ ਵੀ ਮੇਰੇ ਕੋਲ ਪੁੱਤ ਦੇ ਨਾਲ ਖੇਡਣ ਆ ਕੇ ਜਿੱਥੇ ਮੈਂ ਤੜਫਦੀ ਪਈ ਹਾਂ ਤੁਹਾਡੀਆਂ ਮਾਵਾਂ ਵੀ ਤੜਫਦੀਆਂ ਇੱਥੇ ਆਉਣ ਤੁਹਾਡੇ ਪੁੱਤ ਵੀ ਆਉਣ ਅਤੇ ਤੁਹਾਡੇ ਪਰਿਵਾਰ ਵੀ ਇੱਥੇ ਆਉਣ ਕਹਿੰਦੀ ਤੁਹਾਡਾ ਮਗਰ ਪਰਿਵਾਰ ਰੋਲੇ ਜਿਵੇਂ ਮੇਰੇ ਪੁੱਤ ਦਾ ਪਰਿਵਾਰ ਮਗਰ ਰੋਲਦਾ ਮੈਂ ਤੁਹਾਡੇ ਰੋਲ ਨੂੰ ਉਹ ਬੈਠੀ ਰੋ ਰਹੀ ਹੈ ਮਾਤਾ ਜੀ ਇੱਕ ਉਹ ਬੈਠੀ ਰੋ ਰਹੀ ਹੈ ਬਿਲਕੁਲ ਮਾਤਾ ਨੇ ਬੜਾ ਦੁੱਖ ਦੱਸਿਆ ਅੱਗੇ ਵੀ ਬੜੇ ਬੈਠੇ ਆ ਗੱਲਾਂ ਬਾਤਾਂ ਕਿਉਂਕਿ ਉਹਨਾਂ ਨੇ ਫਿਰ ਸਾਰਿਆਂ ਨੂੰ ਬੁਲਾ ਲਿਆ ਆਪਣੇ ਜੋ ਸਹਿਯੋਗੀ ਸੀ ਜੋ ਇੱਥੇ ਉਹਨਾਂ ਦੀਆਂ ਭੂਤ ਸਾਥੀ ਹੈ ਕਿਉਂਕਿ ਵੱਖੋ ਵੱਖਰੇ ਘਟਨਾਵਾਂ ਦੇ ਵਿੱਚ ਜਿਨ੍ਹਾਂ ਨੇ ਜਾਨ ਗਵਾਈ ਹੈ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕੋਈ ਸਿਸਟਮ ਦੇ ਵੱਖੋ ਵੱਖਰੀਆਂ ਕਮੀਆਂ ਦੇ ਕਰਕੇ ਜੋ ਜਾਨਾਂ ਗਈਆਂ ਉਹ ਸਾਰੇ ਇੱਥੇ ਅੱਜ ਦੁੱਖ ਦੱਸਣ ਲਈ ਬੈਠੇ ਆ ਉਹਨਾਂ ਨੇ ਰੋਕੇ ਆ ਸਪੈਸ਼ਲ ਉਹ ਕਹਿੰਦੇ ਰੋਕੇ ਜਾਓ ਦੁੱਖ ਸੁਣ ਕੇ ਜਾਓ ਵੱਡੇ ਉਹ ਪੱਤਰਕਾਰ ਹੋ ਕਦੇ ਲੀਡਰਾਂ ਦੇ ਅੱਗੇ ਹੋ ਜਾਂਦੇ ਆ ਕਦੇ ਕਿਸੇ ਹੋਰ ਮੁੱਦੇ 'ਤੇ ਹੋ ਜਾਂਦੇ ਆ ਸਾਡਾ ਵੀ ਦੁੱਖ ਜੋ ਸੁਣ ਕੇ ਜਾਓ ਵੋਟਾਂ ਆ ਰਹੀਆਂ ਹੋ ਸਕਦਾ ਕਿ ਸਾਡੀਆਂ ਇੱਥੇ ਜਨਸੰਖਿਆ ਮੰਦਰ ਜੀ ਉਹ ਉੱਥੇ ਘੱਟੋ ਘੱਟ 2 ਦਰਜਨ ਦੇ ਕਰੀਬ ਨੌਜਵਾਨ ਖੜੇ ਆ ਹੱਥਾਂ 'ਚ ਸਰਿੰਜਾਂ ਜੀ ਅੱਛਾ ਉੱਥੇ ਹਾਂ ਠੀਕ ਹੈ ਹੱਥਾਂ 'ਚ ਸਰਿੰਜਾਂ ਲਹੂ ਨਾਲ ਲੱਤ ਪੱਤ ਖੜੇ ਆ ਜੀ ਹਾਂਜੀ ਠੀਕ ਹੈ ਜੀ
ਉਹ ਕਹਿੰਦੇ ਸਾਨੂੰ ਮਾਰਨ ਵਾਲੇ ਸਾਡੇ ਘਰਾਂ ਨੂੰ ਬਰਬਾਦ ਕਰਨ ਵਾਲੇ ਨਸ਼ਾ ਤਸਕਰ ਹੈ ਜੀ, ਜਿਨ੍ਹਾਂ 'ਤੇ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ, ਪ੍ਰਸ਼ਾਸਨ ਦਾ ਕੋਈ ਕੰਟਰੋਲ ਨਹੀਂ ਜੀ। ਕਹਿੰਦੇ ਅੱਜ ਸਾਡੇ ਪਰਿਵਾਰਾਂ ਨੂੰ ਅਸੀਂ ਇਹੋ ਜਿਹੀਆਂ ਬਰਬਾਦ ਕਰਕੇ ਇੱਥੇ ਆਏ ਹਾਂ, ਸਾਡੇ ਘਰ ਵੀ ਬਰਬਾਦ ਹੋ ਗਏ ਨਸ਼ਿਆਂ ਨਾਲ, ਅਸੀਂ ਤਾਂ ਜ਼ਿੰਦਗੀ ਗਵਾ ਹੀ ਲਈ ਆ। ਅਤੇ ਇੱਕ ਪਾਸੇ ਮਨਿੰਦਰ ਜੀ ਹੋਰ ਦੇਖਿਆ ਤੁਸੀਂ, ਉਹ ਥੋੜ੍ਹਾ ਜਿਹਾ ਅੱਗੇ ਧਿਆਨ ਨਾਲ ਮਨਿੰਗਾ ਮਾਰੋ, ਅਤੇ ਰੱਸੇ ਲਈ ਖੜ੍ਹੇ ਆ ਕੁਛ ਬਜ਼ੁਰਗ ਖੜ੍ਹੇ ਆ, ਬਿਲਕੁਲ ਖੜ੍ਹੇ ਆ। ਹਾਂਜੀ, ਉਹ ਕਹਿ ਰਹੇ ਜੀ, ਕਹਿੰਦੇ ਸਾਨੀ ਅਸੀਂ ਉਹ ਆ ਜੀ, ਉਹ ਆਪਦੇ ਉਹ ਕਹਿੰਦੇ ਕਿਸਾਨ ਕਹਿ ਰਹੇ ਆਪਣੇ ਆਪ ਨੂੰ। ਹਾਂਜੀ, ਕਹਿੰਦੇ ਅਸੀਂ ਕਿਸਾਨ ਆ ਜੀ, ਸਾਡੀਆਂ ਫਸਲਾਂ ਸਾਡੀਆਂ ਜ਼ਮੀਨਾਂ ਹਾਂਜੀ ਕੋਆਪਰੇਟ ਘਰਾਣੇ ਨੇ ਜ਼ਬਤ ਕਰ ਲਈਆਂ ਜੀ, ਫਸਲਾਂ ਦੇ ਸਾਨੂੰ ਮੁੱਲ ਨਹੀਂ ਮਿਲੇ ਜੀ, ਲੋਨ ਕਰਜ਼ੇ ਸਾਡੇ ਸਿਰ 'ਤੇ ਚੜ੍ਹ ਗਏ, ਜਵਾਨ ਧੀਆਂ ਦੇ ਪਿਓ ਹੋ ਗਏ ਸੀ, ਪਰਾਲੀਆਂ 'ਚ ਸੜ ਸੜ ਕੇ ਫਾਹੇ ਲੈ ਲੈ ਮਰੇ ਜੀ, ਉਹ ਖੜ੍ਹੇ ਆ, ਉਹ ਬਹੁਤ ਪਿੱਟ ਰਹੇ ਜੀ, ਉਹ ਵੀ ਪ੍ਰਸ਼ਾਸਨ ਨੂੰ ਪੁੱਛ ਰਹੇ ਆ ਜੀ, ਸਰਕਾਰਾਂ ਨੂੰ ਪੁੱਛ ਰਹੇ ਆ, ਸਰਕਾਰਾਂ ਨੂੰ ਕਹਿ ਰਹੇ, ਕਹਿੰਦੇ ਤੁਸੀਂ ਇੰਨਾ ਇੰਨਾ ਰੁਪਈਆ ਸ਼ਮਸ਼ਾਨ ਘਾਟਾਂ 'ਤੇ, ਰਾਮ ਬਾਗਾਂ 'ਤੇ, ਮੁਰਦ ਘਾਟਾਂ 'ਤੇ ਲਾਈ ਜਾਂਦੇ ਹੋ ਜੀ, ਕਹਿੰਦੇ ਪਰ ਕਿਤੇ ਨਾ ਕਿਤੇ ਜਿਉਂਦਿਆਂ ਨੂੰ ਧਰ ਜਿਉਣ ਜੋਗੇ ਛੱਡ ਦਿਓ, ਤੁਸੀਂ ਮਾਰ ਕੇ ਸਾਡੇ ਮਗਰ ਸਵਰ ਸਾਨੂੰ ਸਵਰਗ ਦੇਣ ਆਉਣੇ, ਸਵਰਗ ਜੋਗੀ ਜਗ੍ਹਾ ਬਣਾ ਦੀ ਤੁਹਾਨੂੰ, ਤਾਂ ਜੀ ਦਿਲ ਕਰਦਾ ਆਪ ਕਿਉਂ ਨਹੀਂ ਆਉਂਦੇ ਤੁਸੀਂ ਇੱਥੇ, ਤੁਹਾਡਾ ਮਰਨ ਨੂੰ ਜੀ ਨਹੀਂ ਕਰਦਾ, ਸਾਨੂੰ ਤੁਸੀਂ ਮਰਨ ਲਈ ਮਜਬੂਰ ਕਰਤਾ। ਬਹੁਤ ਮਨਿੰਦਰ ਜੀ ਇੱਥੇ ਬੜੇ, ਯਾਨੀ ਕਿ ਸੈਂਕੜੇ ਲੋਕ ਫਿਰ ਰਹੇ ਜੀ ਇਸ ਟਾਈਮ, ਤਾਂ ਵਾਕਈ ਬਜ਼ੁਰਗ ਖੜ੍ਹੇ ਆ, ਕਿਸਾਨ ਖੜ੍ਹੇ ਆ, ਉਹ ਕਹਿ ਰਹੇ ਆ ਕਿ ਸਾਨੂੰ ਸਿਸਟਮ ਨੇ ਸਾਡੇ ਸਿਰ ਕਰਜ਼ੇ ਚੜ੍ਹਾ ਦਿੱਤੇ, ਸਾਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਖੁਦਕੁਸ਼ੀਆਂ ਕਰਨੀਆਂ ਪਈਆਂ। ਦੇਖੋ ਇੱਕ ਮਿੰਟ, ਇੱਕ ਮਿੰਟ, ਆਵਾਜ਼ ਆ ਰਹੀ ਹੈ ਕੋਈ? ਹਾਂਜੀ ਹਾਂਜੀ ਹਾਂਜੀ, ਇੱਕ ਮਿੰਟ, ਹਾਂਜੀ ਠੀਕ। ਮਨਿੰਦਰ ਜੀ ਇੱਥੇ ਇੱਕ ਛੋਟੀ ਜਿਹੀ ਬੱਚੀ ਰੋ ਰਹੀ ਆ, ਕਹਿੰਦੀ ਸਾਨੂੰ ਤੁਸੀਂ ਪੁੱਤਾਂ ਦੇ ਨਾਂ 'ਤੇ ਕੁੱਖਾਂ 'ਚ ਮਾਰ ਰਹੇ ਹੋ, ਕਹਿੰਦੀ ਹਾਂਜੀ ਸਾਡੇ ਨਾਂ ਦੀਆਂ, ਕਹਿੰਦੀ ਕਰੋੜਾਂ ਹਜ਼ਾਰਾਂ ਬੱਚੀਆਂ, ਲੱਖਾਂ ਬੱਚੀਆਂ ਇੱਥੇ ਨੇੜੇ ਤੇੜੇ ਫਿਰ ਰਹੀਆਂ ਜੀ, ਕਹਿੰਦੀਆਂ ਪੰਜ ਸੱਤ ਇੱਥੇ, ਪੰਜ ਸੱਤ ਦਸ ਇੱਥੇ ਦੇਖ ਰਹੀਆਂ ਜੀ, ਐਡੀ ਕਾ ਜੀ, ਇਹ ਕਹਿ ਰਹੀ ਹੈ ਕਹਿੰਦੀ ਵੀ ਤੁਸੀਂ ਸਾਨੂੰ ਕੁੱਖਾਂ 'ਚ ਮਾਰਤਾ ਪੁੱਤਾਂ ਦੀ ਖਾਤਰ, ਸਾਨੂੰ ਕੁੱਖਾਂ 'ਚ ਮਾਰਤਾ ਪੁੱਤਾਂ ਨੂੰ ਨਸ਼ਿਆਂ ਨੇ ਮਾਰਤਾ, ਤੁਸੀਂ ਕਹਿੰਦੀ ਖੱਟਿਆ ਕੀ ਹੈ ਸਮਾਜ ਤੋਂ, ਬਿਲਕੁਲ ਸਾਨੂੰ ਤੁਸੀਂ ਕੁੱਖਾਂ 'ਚ ਮਾਰਨ ਬਦਲੇ ਤੁਸੀਂ ਪੁੱਤਾਂ ਦੀ ਵੀ ਕੁਰਬਾਨੀ ਦਿੱਤੀ, ਇਹ ਸਮਾਜ 'ਚ ਨਸ਼ਾ ਇੰਨਾ ਫੈਲ ਚੁੱਕਿਆ ਜੀ, ਐਡਾ ਭ੍ਰਿਸ਼ਟਾਚਾਰ ਫੈਲ ਚੁੱਕਿਆ, ਬੜੀ ਰੋ ਰਹੀ ਹੈ ਜੀ ਬੱਚੀ ਛੋਟੀ ਜੀ, ਇਹ ਦੇਖੋ। ਬਿਲਕੁਲ ਬਿਲਕੁਲ, ਇੱਕ ਬੱਚੀ ਰੋ ਰਹੀ ਹੈ, ਬੱਚੀ ਉਹ ਇਹ ਕਹਿ ਰਹੀ ਹੈ ਕਿ ਕਿਹੋ ਜਿਹਾ ਸਿਸਟਮ ਹੈ, ਕਿਹੋ ਜਿਹਾ ਸਮਾਜ ਹੈ ਕਿ ਇੱਥੇ ਸਿਰਫ ਪੁੱਤਾਂ ਨੂੰ ਹੀ ਅੱਗੇ ਰੱਖਿਆ ਜਾਂਦਾ, ਮੈਨੂੰ ਮੇਰੀ ਭਰੂਣ ਹੱਤਿਆ ਜਿਵੇਂ ਕਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਹੋਈ ਹੈ, ਕਿਉਂਕਿ ਇੱਥੇ ਦਫਨਾਇਆ ਵੀ ਜਾਂਦਾ, ਜੋ ਬੱਚਾ ਛੋਟਾ ਹੁੰਦਾ ਜਿਹਨੇ ਹਜੇ ਜਨਮ ਨਹੀਂ ਲਿਆ ਹੁੰਦਾ ਉਹਨੂੰ ਦਫਨਾ ਵੀ ਦਿੱਤਾ ਜਾਂਦਾ ਸਾਡੇ ਸਮਾਜ 'ਚ, ਬਹੁਤ ਤਾਂ ਹਸਪਤਾਲਾਂ ਦੇ ਕੂੜਦਾਨਾਂ ਦੇ ਵਿੱਚ ਅੱਗੇ ਅੱਗੇ ਆਵਾਜ਼ ਆ ਰਹੀ ਹੈ। ਦੇਖੋ ਅੱਗੇ ਆਵਾਜ਼ ਆ ਰਹੀ ਹੈ, ਗੱਲ ਇਹ ਕਹਿ ਰਹੇ ਜੀ, ਹਾਂਜੀ ਬਾਈ ਹਾਂਜੀ, ਦੇਖੋ ਮਨਿੰਦਰ ਜੀ ਇਹ ਕਹਿ ਰਹੇ ਆ, ਕਹਿੰਦੇ ਸਾਨੂੰ ਸਰਕਾਰਾਂ ਨੇ ਅਤੇ ਲੀਡਰਾਂ ਨੇ ਹਾਂਜੀ ਆਪਸ ਮੇਂ ਪੜਿਆ ਕੇ ਦੰਗੇ ਕਰਾ ਕਰਾ ਕੇ, ਕਹਿੰਦੇ ਸਾਨੂੰ ਸੈਂਕੜੇ ਲੱਖਾਂ ਸਾਡੀਆਂ ਜਾਨਾਂ ਲੈ ਚੁੱਕੇ ਆ ਲੀਡਰ ਜੀ, ਕਹਿੰਦੇ ਕਹਿੰਦੇ ਸਾਨੂੰ ਲਹੂ ਲਵਾ ਖੜੇ ਜੀ, ਦੇਖੋ ਧਰਮ ਦੇ ਨਾਂ 'ਤੇ, ਕਹਿੰਦੇ ਲੀਡਰ ਰਾਜਨੀਤੀ ਦੇ ਨਾਂ 'ਤੇ, ਕਹਿੰਦੇ ਆਪ ਇਕੱਠੇ ਕੁਰਸੀਆਂ 'ਤੇ ਬੈਠੇ ਆ, ਸਾਡੇ ਘਰ ਉਜਾੜ ਕੇ ਸਾਡੀਆਂ ਮਾਵਾਂ ਦੇ ਪੁੱਤ ਅਸੀਂ ਆਹ ਬੈਠੇ ਹਾਂ, ਅਤੇ ਕਹਿੰਦੇ ਸਾਨੂੰ ਸੇਵਾ 'ਚ ਪਹੁੰਚਾਤਾ, ਸਾਨੂੰ ਧਰਮਰਾਜ ਦੇ ਘਰ ਤੱਕ ਪਹੁੰਚਾਤਾ, ਬਲਕਿ ਅਸੀਂ ਪਹੁੰਚੇ ਵੀ ਨਹੀਂ, ਅਸੀਂ ਤੜਫਦੇ ਫਿਰਦੇ ਹਾਂ ਜੀ, ਅਸੀਂ ਉਸ ਚੀਜ਼ ਨੂੰ ਤੜਫਦੇ ਫਿਰਦੇ ਹਾਂ, ਕਹਿੰਦੇ ਬਾਈ ਜੀ ਕਹਿੰਦੇ ਆ, ਕਹਿੰਦੇ ਉਸ ਨੂੰ ਤੜਫਦੇ ਫਿਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਂ 'ਤੇ ਸਾਨੂੰ ਝੂਠੇ ਵਾਅਦੇ, ਝੂਠੀਆਂ ਸਰਕਾਰਾਂ, ਝੂਠੇ ਦੰਗਿਆਂ 'ਚ ਸਾਨੂੰ ਧਰਮ ਦੇ ਨਾਂ 'ਤੇ ਜਾਂ ਦੰਗਿਆਂ ਦੇ ਨਾਂ 'ਤੇ ਮਰਵਾਇਆ, ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ ਵੀ ਜਲਦੀ ਇੱਥੇ ਆਉਣ, ਅਤੇ ਤਾਂ ਕਿ ਇਹ ਜਿਹੜਾ ਐਡੇ ਵਧੀਆ ਬਣਾ ਰਹੇ ਹਾਂ ਅਤੇ ਇੱਥੇ ਰਹਿਣ ਆ ਕੇ ਸਾਡੇ ਨਾਲ ਰਹਿਣ। ਉਹ ਧਰਮ ਦੇ ਨਾਮ 'ਤੇ ਅਸੀਂ ਦੇਖਦੇ ਹਾਂ ਆਹ ਬੜੇ ਸੈਂਕੜੇ ਦੇ ਕੇ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਲੋਕ ਇੱਥੇ ਬੈਠੇ ਆ ਜਿਹੜੇ ਕਹਿੰਦੇ ਕਿ ਸਾਨੂੰ ਧਰਮਾਂ ਦੀ ਅੱਗ ਦੇ ਵਿੱਚ ਸੁੱਟ ਕੇ, ਕਦੇ ਸਾਨੂੰ ਮੁਸਲਮਾਨ ਬਣਾਏ, ਕਦੇ ਸਾਨੂੰ ਹਿੰਦੂ ਬਣਾਏ, ਕਦੇ ਸਿੱਖ ਬਣਾ ਕੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ, ਅਤੇ ਜਿਨ੍ਹਾਂ ਨੇ ਸਾਨੂੰ ਇਹ ਬਣਾਇਆ ਉਹ ਅੱਜ ਤਖਤਾਂ ਦੇ ਮਾਲਕ ਬਣੇ ਬੈਠੇ ਆ, ਉਹ ਤਾਜਾਂ ਦੇ ਮਾਲਕ ਬਣੇ ਬੈਠੇ ਆ, ਉਹ ਪੂਰਾ ਰਾਜ ਕਰ ਰਿਹਾ। ਇੱਕ ਆਹ ਦੇਖੋ ਆਹ ਦੁੱਖ, ਇੱਕ ਮਿੰਟ, ਹਾਂ ਇਹ 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 ਵੀਰ ਕਹਿ ਰਿਹਾ ਇਹ ਬੜੀ, ਦੇਖੋ ਇਹ ਕਹਿੰਦਾ ਵੀ ਸਾਡੇ ਤਾਂ ਸਿਵੇ ਵੀ ਜਾਤਾਂ ਦੇ ਨਾਂ 'ਤੇ ਬਣ ਗਏ, ਇਹ ਇਹ ਛੋਟੀਆਂ ਜਾਤਾਂ ਦਾ ਸਿਵਾ ਅਤੇ ਇਹ ਵੱਡੀਆਂ ਜਾਤਾਂ ਦਾ, ਸ਼ਮਸ਼ਾਨ ਘਾਟ ਉਹ ਕਹਿੰਦਾ ਵੀ ਸਾਨੂੰ ਅੱਡ ਅੱਡ ਫੂਕਦੇ ਆ, ਬੜਾ ਬੜੇ ਦੁਖੀ। ਇਹ ਕਹਿੰਦੇ ਜੀ ਅਸੀਂ ਇੱਥੇ ਤਾਂ ਕੁਛ ਨਾ ਕੁਛ ਸਾਨੂੰ ਚਾਂਸ ਦਿੰਦੇ ਸੀਗੇ ਵੀ ਸ਼ਾਇਦ ਮਾੜਾ ਮੋਟਾ ਅਸੀਂ ਇੱਕ ਦੂਜੇ ਨੂੰ ਬੋਲ ਬੁਲਾ ਸਕਦੇ, ਕਹਿੰਦੇ ਅਸੀਂ ਮਰ ਕੇ ਉਸ ਤੋਂ ਜ਼ਿਆਦਾ ਵੀ ਤੜਫ ਰਹੇ ਹਾਂ, ਬਿਲਕੁਲ ਤੜਫ ਅਸੀਂ ਇਸ ਤਰ੍ਹਾਂ ਰਹੇ, ਅਸੀਂ ਕਰ ਕੁਛ ਸਕਦੇ ਨਹੀਂ, ਸਾਡੇ ਨਾਂ 'ਤੇ ਖਾਣ ਵਾਲਿਆਂ ਨੇ, ਸਾਡੇ ਨਾਂ 'ਤੇ ਹਸਪਤਾਲ, ਰੋਡ, ਦੰਗੇ ਕਰਾਉਣ ਵਾਲਿਆਂ ਨੇ, ਧਰਮ ਦੇ ਨਾਂ 'ਤੇ, ਜਾਤੀ ਦੇ ਨਾਂ 'ਤੇ ਦੰਗੇ ਕਰਾਉਣ ਵਾਲਿਆਂ ਨੇ, ਨਸ਼ੇ ਵੇਚ ਕੇ ਆਪਦੇ ਮਹਿਲ ਉਸਾਰਨ ਵਾਲਿਆਂ ਨੇ, ਕਹਿੰਦੇ ਸਾਨੂੰ ਤਾਂ ਇਸ ਤੱਕ ਪਹੁੰਚਾਤਾ, ਹਾਂਜੀ ਅਸੀਂ ਤੜਫ ਬਹੁਤ ਰਹੇ ਹਾਂ, ਪਰ ਕਿਤੇ ਨਾ ਕਿਤੇ ਉਹ ਦੇਖੋ ਮਾਤਾ ਜੀ ਉਹ ਬੈਠੀਆਂ, ਕਈ ਬਜ਼ੁਰਗ ਮਾਤਾ ਬੈਠੀਆਂ ਜੀ, ਹਾਂਜੀ ਉਹ ਨਸ਼ੇ ਨਾਲ ਮਰਨ ਵਾਲੇ ਪੁੱਤਾਂ ਦੀਆਂ ਜਿਹੜੀਆਂ ਅੰਨੀਆਂ ਹੋ ਕਹਿੰਦੀਆਂ ਅਸੀਂ ਮਰੀਆਂ ਜੀ, ਗਮ 'ਚ ਮਰ ਕੇ ਇੱਥੇ ਆਈਆਂ, ਹਾਂਜੀ ਬਿਲਕੁਲ, ਇਹ ਬੜੇ ਗਮ 'ਚ ਬੈਠੀਆਂ ਜੀ, ਕਹਿੰਦੀਆਂ ਵੀ ਬਸ ਸਾਨੂੰ ਇਹ ਵੀ ਸਾਡੇ ਜਵਾਨ ਪੁੱਤ ਜਿਹੜੇ ਮਰੇ ਆ ਨਾ, ਕਿਤੇ ਨਾ ਕਿਤੇ ਕਾਲਜ ਠੰਡ ਤਾਂ ਪੈਂਦੀ ਹੈ ਜੇ ਨਸ਼ਾ ਵੇਚਣ ਵਾਲਿਆਂ ਦੇ ਵੀ ਇੱਥੇ ਆਉਣ ਜਲਦੀ, ਇੱਥੇ ਆਉਣ ਜਲਦੀ, ਤਾਂ ਇਹ ਦੁੱਖ ਹੈ, ਇਹ ਦੁੱਖ ਦੇਖੋ ਤੁਸੀਂ ਸਾਨੂੰ ਰੋਕਿਆ, ਸਾਨੂੰ ਰੋਕ ਕੇ ਸਾਰਿਆਂ ਨੇ ਦੁੱਖ ਦੱਸਿਆ, ਦੁੱਖ ਸੁਣਨਾ ਜ਼ਰੂਰੀ ਹੈ ਕਿਉਂਕਿ ਆਵਾਜ਼ ਸਭ ਦੀ ਚੱਕਣੀ ਜ਼ਰੂਰੀ ਹੈ, ਅਤੇ ਇਹਨਾਂ ਦੀ ਆਵਾਜ਼ ਵੀ ਬੇਸ਼ੱਕ ਇਹਨਾਂ ਦੀ ਆਵਾਜ਼ ਤੁਹਾਨੂੰ ਡਾਇਰੈਕਟ ਨਹੀਂ ਸੁਣ ਰਹੀ, ਤੁਹਾਨੂੰ ਵੀ ਪਤਾ ਤੁਸੀਂ ਵੇਖ
ਨੌਜਵਾਨ ਧੀ ਬਹੁਤ ਰੋ ਰਹੀ ਹੈ, ਇਹ ਕਹਿੰਦੀ ਜੀ ਮੈਂ ਕਿਸੇ ਰੋਡ 'ਤੇ, ਕਿਸੇ ਚੁਰਾਹੇ 'ਤੇ, ਕਿਸੇ ਦਫ਼ਤਰ, ਕਿਸੇ ਅਫਸਰ ਦੇ ਕੋਲ ਕਿਤੇ ਮੈਂ ਜਾ ਨਹੀਂ ਸਕਦੀ, ਕਿਤੇ ਖੜ੍ਹ ਨਹੀਂ ਸਕਦੀ। ਹਾਂਜੀ, ਜਿੱਥੇ ਮੈਂ ਜਾਂਦੀ ਮੇਰਾ ਸ਼ੋਸ਼ਣ ਹੋਇਆ, ਮੇਰਾ ਬਲਾਤਕਾਰ ਹੋਇਆ ਮੇਰੇ ਨਾਂ 'ਤੇ, ਕਹਿੰਦੀ ਭ੍ਰਿਸ਼ਟਾਚਾਰ ਜਿਹੜੇ ਨੇ ਵਧਾਇਆ, ਕਹਿੰਦੀ ਮੇਰਾ ਕਿਸੇ ਨੇ ਮੇਰੀ ਪੱਤ ਨਹੀਂ ਬਖਸ਼ੀ, ਕਿਸੇ ਨੇ ਮੇਰੀ ਇੱਜ਼ਤ ਨਹੀਂ ਬਖਸ਼ੀ, ਕਿਸੇ ਨੇ ਮੇਰੀ ਚੁੰਨੀ ਦੀ, ਮੇਰੇ ਮਾਂ ਬਾਪ ਦੀ ਪੱਗ ਦੀ ਮੇਰੀ ਅਜੇ ਤੱਕ ਹੀ ਹੈ, ਕੋਈ ਮੇਰੀ ਇਲਾਜ ਨਹੀਂ ਲਿਖੀ। ਕਹਿੰਦੀ ਕਹਿੰਦੀ ਜਿਸ ਮੋੜ 'ਤੇ ਮੈਂ ਜਾਂਦੀ ਮੇਰਾ ਸ਼ੋਸ਼ਣ ਕੀਤਾ ਜਾਂਦਾ। ਇਹ ਧੀ ਬੜਾ ਕਰਲਾ ਕੇ ਬੋਲ ਰਹੀ ਹੈ ਮਨਿੰਦਰ ਜੀ, ਦੇਖੋ ਕਰਲਾ ਕੇ ਬੋਲ ਰਹੀ, ਸਿਸਟਮ ਨੂੰ ਲਾਹਨਤਾਂ ਪਾ ਰਹੀ ਹੈ, ਲੋਕਾਂ ਨੂੰ ਲਾਹਨਤਾਂ ਪਾ ਰਹੀ ਹੈ, ਸਮਾਜ ਨੂੰ ਲਾਹਨਤਾਂ ਪਾ ਰਹੀ ਹੈ। ਕਹਿੰਦੀ ਇਸ ਸਿਸਟਮ ਦੇ ਵਿੱਚ ਹਰ ਇੱਕ ਔਰਤ ਨੂੰ ਇੱਕ ਦੂਜੀ ਅੱਖ ਨਾਲ ਦੇਖਿਆ ਜਾਂਦਾ, ਜਦੋਂ ਕਿਸੇ ਵੀ ਜਗ੍ਹਾ 'ਤੇ ਕੋਈ ਕੰਮ ਲਈ ਜਾਂਦੀ ਹੈ, ਕੋਈ ਮਦਦ ਲਈ ਜਾਂਦੀ ਹੈ, ਤਾਂ ਫਿਰ ਸਭ ਤੋਂ ਪਹਿਲਾਂ ਕਹਿੰਦੀ ਉਹਦੀ ਇੱਜ਼ਤ 'ਤੇ ਅੱਖ ਰੱਖ ਲਈ ਜਾਂਦੀ ਹੈ। ਤਾਂ ਉਹ ਚੀਜ਼ ਦੀ ਸਤਾਈ, ਕਹਿੰਦੀ ਮੈਂ ਖੁਦਕੁਸ਼ੀ ਕਰ ਗਈ ਹੈ ਇਹ, ਅਤੇ ਅੱਜ ਇੱਥੇ ਹੈ, ਅਤੇ ਪਰ ਉਹ ਦੁੱਖ ਉਹ ਵੀ ਆਪਣਾ ਜਿਹੜਾ ਜ਼ਾਹਰ ਕਰ ਰਹੀ ਹੈਗੀ ਲਗਾਤਾਰ, ਮਤਲਬ ਗੱਲਬਾਤ ਜਾਰੀ ਹੈ। ਅੱਗੇ ਵੀ ਬੈਠੇ ਆ, ਦੇਖੋ ਕੁਛ ਮਜ਼ਦੂਰ ਟੈਪ ਲੋਕ ਬੈਠੇ ਜੀ, ਮਜ਼ਦੂਰ ਬੈਠੇ ਇੱਥੇ। ਹਾਂਜੀ ਹਾਂਜੀ, ਇਹ ਕਹਿੰਦੇ ਜੀ ਸਾਨੂੰ, ਅਸੀਂ ਤਕਰੀਬਨ ਦੁੱਖਾਂ ਦੇ ਵਿੱਚ ਹੀ ਇੱਥੇ ਆਏ ਹਾਂ, ਸਾਰੀ ਜ਼ਿੰਦਗੀ ਸਾਡੇ ਪੱਲੇ ਦੁੱਖ ਹੀ ਸੀ, ਕਹਿੰਦੇ ਵਿਚਾਰੇ ਬਾਈ ਜੀ ਕਹਿ ਰਹੇ ਆ। ਹਾਂਜੀ, ਇਹ ਕਹਿੰਦੇ ਦੁੱਖਾਂ ਦੇ ਵਿੱਚ ਕੀ ਸੀ, ਸਾਡੇ ਨਾਂ 'ਤੇ ਸਰਕਾਰਾਂ ਨੇ ਕਰੋੜਾਂ ਦੇ ਅਰਬਾਂ ਦੇ ਫੰਡ ਜਾਰੀ ਕੀਤੇ, ਸਾਡੇ ਤੱਕ ਤਾਂ ਕਹਿੰਦੇ ਕਣਕ ਤੋਂ ਬਿਨਾਂ ਕੱਖ ਨਹੀਂ ਪਹੁੰਚਿਆ ਜੀ, ਉਹ ਵੀ ਜੇ ਪਹੁੰਚਦੀ ਸੀ ਤਾਂ ਕਦੇ ਮਿੱਟੀ ਵਾਲੀ, ਕਦੇ ਡਲੀਆਂ ਵਾਲੀ, ਕਦੇ ਰੋੜਾਂ ਵਾਲੀ, ਠੀਕ ਹੈ ਜੀ। ਅਸੀਂ ਉਸੇ ਕਣਕ ਦੇ ਨਾਲ ਕਹਿੰਦੇ ਗੁਜ਼ਾਰਾ, ਕਹਿੰਦੇ ਇੱਧਰ ਕਰ ਲਿਆ, ਇੱਧਰ ਕਰ ਲਿਆ, ਭੁੱਖ ਨਾਲ ਮਰਦੇ, ਕਹਿੰਦੇ ਇੱਥੇ ਜੀ ਕਰੋੜਾਂ ਦੀ ਗਿਣਤੀ 'ਚ ਬੈਠੇ ਜੀ। ਕੁਛ ਤਾਂ ਉਹ ਵੀ ਨੇ ਜਿਹੜੇ ਕਰੋਨਾ ਵੇਲੇ ਤੁਰ ਪੈਦਲ ਚੱਲ ਚੱਲ ਕੇ ਜਾਂਦੇ ਨੇ, ਉਹ ਬੈਠੇ ਜੀ, ਆਹ ਬੈਠੇ ਕਰੋਨਾ ਵੇਲੇ, ਖਾਣ ਪੀਣ ਨਹੀਂ ਮਿਲਿਆ, ਕਰੋਨਾ ਵੇਲੇ ਇਲਾਜ ਨਹੀਂ ਮਿਲਿਆ, ਉਹ ਤੇ ਬਿਆਨ ਇਹ ਕਹਿ ਰਹੇ ਬਾਈ ਜੀ, ਉਹ ਦੇਖੋ ਬੋਈ ਜੀ ਬੋਲ ਰਹੇ, ਉਹ ਕਹਿੰਦੇ ਜੀ ਬਿਆਨਬਾਜ਼ੀਆਂ ਬਹੁਤ ਵੱਡੀਆਂ ਹੋਈਆਂ। ਹਾਂਜੀ, ਕਾਗਜ਼ਾਂ ਦੇ ਵਿੱਚ ਸਾਨੂੰ ਏਸੀ ਬੱਸਾਂ 'ਚ, ਸਾਨੂੰ ਫਸਟ ਕਲਾਸ ਏਸੀ ਟ੍ਰੇਨਾਂ ਦੇ ਵਿੱਚ ਭੇਜਿਆ ਗਿਆ ਪਿੰਡਾਂ 'ਚ, ਜਦ ਕਿ ਅਸੀਂ ਕਹਿੰਦੇ ਰਾਹੇ ਚੁਰਾਹੇ ਕੰਡਿਆਂ ਵਾਲੀਆਂ ਤਾਰਾਂ 'ਚ ਵੱਜਦੇ ਵੱਜਦੇ ਝਾੜੀਆਂ 'ਚ ਫਸਦੇ, ਪਾਣੀ ਤੋਂ ਰੋਟੀ ਤੋਂ ਬਿਨਾਂ ਤੜਫਦੇ ਹੋਏ, ਕਹਿੰਦੇ ਹਾਂਜੀ ਸੜਕਾਂ 'ਤੇ ਦਮ ਤੋੜਿਆ ਜੀ, ਕਹਿੰਦੇ ਇਹ ਬਾਈ ਜੀ ਉਹ ਬੈਠੇ ਬੋਲ ਰਹੇ, ਉਹ ਬੈਠੇ ਆ ਸਾਰੇ, ਮਤਲਬ ਇੱਕ ਜਾਣਾ ਆਪਣਾ ਪੂਰਾ ਦੁੱਖ ਦੱਸਦਾ, ਪੂਰਾ ਦੁੱਖ ਆ ਜਿਹੜਾ ਉਹ ਸਮਾਜ ਦਾ ਸਾਹਮਣੇ ਲੈ ਕੇ ਆਉਂਦਾ, ਇੱਕ ਇੱਕ ਜਾਣਾ, ਇੱਕ ਇੱਕ ਜੇ ਵਰਗ ਵੱਖੋ ਵੱਖਰੇ ਵਰਗ ਜਿਹੜੇ ਕਿ ਸਮਾਜ ਦੇ ਸਿਸਟਮ 'ਤੇ। ਇੱਕ ਮਿੰਟ, ਇੱਥੇ ਆ ਇੱਕ ਬੇਰੁਜ਼ਗਾਰ ਬੈਠਾ। ਹਾਂਜੀ ਹਾਂਜੀ ਹਾਂਜੀ, ਇਹ ਬੇਰੁਜ਼ਗਾਰ ਕਹਿ ਰਿਹਾ, ਇਹ ਕਹਿੰਦਾ ਹਾਂਜੀ ਇਹ ਬੇਰੁਜ਼ਗਾਰ ਇਹ ਗੱਲ ਕਹਿ ਰਿਹਾ, ਉਹ ਕਹਿੰਦਾ ਵਾਅਦੇ ਕੀਤੇ ਸੀ ਕਿ ਸਰਕਾਰਾਂ ਸਾਡੀਆਂ ਬਣ ਦਈਆਂ, ਨੌਕਰੀਆਂ ਦੇਵਾਂਗੇ, ਪਰ ਨੌਕਰੀਆਂ ਲੈਣ ਗਏ ਡਾਂਗਾਂ ਪਈਆਂ, ਜਿਹੜੀਆਂ ਡਿਗਰੀਆਂ ਸੀ ਉਹ ਸਾਡਾ ਡੰਗ ਨਹੀਂ ਟਪਾ ਸਕੀਆਂ, ਮਜਬੂਰੀ ਵੱਸ ਅਸੀਂ ਫਿਰ ਰੱਸਾ ਚੁੰਮਿਆ, ਫਿਰ ਅਸੀਂ ਜਿਹੜਾ ਫਾਹਾ ਲਿਆ ਅਤੇ ਫਾਹਾ ਲੈ ਕੇ ਅੱਜ ਇੱਥੇ ਪਹੁੰਚ ਗਏ। ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਵਾਅਦੇ ਕੀਤੇ, ਜਿਨ੍ਹਾਂ ਨੇ ਸਾਡੇ ਨਾਲ ਲਾਰੇ ਲਾਏ, ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਪਹੁੰਚੇ ਹਾਂ, ਉਹ ਕਦ ਆਉਣਗੇ, ਉਹ ਕਦ ਸਾਡੇ ਕੋਲ ਆਉਣਗੇ, ਅਸੀਂ ਇਸੇ ਉਡੀਕ ਦੇ ਵਿੱਚ ਹਾਂ। ਸਿਸਟਮ ਦਾ ਸਤਾਇਆ ਹੋਇਆ ਇੱਕ ਬੇਰੁਜ਼ਗਾਰ ਕਹਿ ਰਹੇ ਜੀ, ਕਹਿੰਦੇ ਮਨਿੰਦਰ ਜੀ ਵੇਖੋ, ਕਹਿੰਦੇ ਕਿੱਡਾ ਕਿੱਡਾ ਇਹਨਾਂ ਨੇ ਜੀ ਇੱਕ ਬਣਾ ਲਿਆ ਵੀ ਧਾਰਮਿਕ ਸਥਾਨਾਂ ਨੂੰ, ਅਸੀਂ ਮੁਰਦ ਘਾਟਾਂ ਨੂੰ, ਸ਼ਮਸ਼ਾਨ ਘਾਟਾਂ ਨੂੰ, ਸੇਵਿਆਂ ਨੂੰ ਵਧੀਆ ਬਣਾਉਣਾ, ਕਹਿੰਦੇ ਜੇ ਵਧੀਆ ਬਣਾਉਣਾ ਸਾਨੂੰ ਵਧੀਆ ਦੀ ਲੋੜ ਨਹੀਂ, ਕਹਿੰਦੇ ਅਸੀਂ ਇੱਥੇ ਵੀ ਦੁਖੀ ਹਾਂ, ਅਸੀਂ ਸਮਾਜ ਤੋਂ ਵੀ ਦੁਖੀ ਗਏ ਹਾਂ, ਬਿਲਕੁਲ, ਕਹਿੰਦੇ ਸਾਨੂੰ ਵਧੀਆ ਦੀ ਲੋੜ ਨਹੀਂ, ਜੇ ਵਧੀਆ ਕਰਨਾ ਕਹਿੰਦੇ ਸੇਵੇ ਸ਼ਮਸ਼ਾਨ ਘਾਟ ਰਾਮ ਬਾਗਾਂ ਨੂੰ ਵਧੀਆ ਨਾ ਕਰੋ, ਵਧੀਆ ਕਰਨਾ ਤਾਂ ਸਿਸਟਮ ਸੁਧਾਰੋ, ਉਹਨਾਂ ਸਰਕਾਰਾਂ ਨੂੰ, ਉਹਨਾਂ ਨਸ਼ਾ ਤਸਕਰਾਂ ਨੂੰ, ਉਹਨਾਂ ਜਿਹੜੇ ਇਹਨਾਂ ਨੇ ਜਿਹਨਾਂ ਨੇ ਕਹਿੰਦੇ ਸਾਡੇ ਨਾਂ 'ਤੇ ਜਾਂ ਦੁਨੀਆਂ ਦੇ ਨਾਲ ਲੋਕਾਂ ਦੇ ਨਾਂ 'ਤੇ ਫੰਡ ਖਾ ਰਹੇ ਆ, ਉਹਨਾਂ ਨੂੰ ਕਹਿੰਦੇ ਲਾਹਨਤਾਂ ਪਾਓ ਅਤੇ ਜਲਦੀ ਜਲਦੀ ਪਰਮਾਤਮਾ ਅੱਗੇ ਅਰਦਾਸ ਕਰੋ, ਦੋਨੇ ਹੱਥ ਬੰਨ ਕੇ ਵੀ ਜਲਦੀ ਤੋਂ ਜਲਦੀ ਉਹ ਸਾਡੇ ਬਰਾਬਰ ਅੱਗੇ ਪੈ ਜਾਣ, ਇਹ ਕਹਿ ਰਹੇ ਮਨਿੰਦਰ ਜੀ, ਇਹ ਕਹਿ ਰਹੇ ਆ। ਤਾਂ ਸਿਸਟਮ ਦੇ ਸਤਾਏ ਹੋਏ ਲੋਕ ਇੱਥੇ ਪਹੁੰਚੇ ਆ, ਰਾਮ ਬਾਗਾਂ ਸ਼ਮਸ਼ਾਨ ਘਾਟਾਂ ਦੇ ਉੱਤੇ ਲੱਖਾਂ ਰੁਪਈਆ ਗ੍ਰਾਂਟ ਜਾਰੀ ਹੁੰਦੀ ਹੈ, ਇੰਨੇ ਲੱਖ ਰੁਪਏ, ਤੁਸੀਂ ਕਿਸੇ ਪਿੰਡ ਦੇ ਵਿੱਚ ਚਲੇ ਜਾਓ, MLA ਨੇ ਪੂਰੀ ਟੌਹਰ ਨਾਲ ਲਿਖਾਇਆ ਹੁੰਦਾ ਕਿ ਫਲਾਨਾ ਸਿੰਘ MLA ਵੱਲੋਂ ਇਸ ਰਾਮ ਬਾਗ ਦੀ ਉਸਾਰੀ ਲਈ, ਨਵੀਨੀਕਰਨ ਲਈ 1,00,000,000 ਰੁਪਈਆ। ਕਹਿੰਦੇ ਉਹਨੂੰ ਉਹਦਾ ਦਿਲ ਨਹੀਂ ਕਰਦਾ ਇੱਥੇ, ਉਹਨੂੰ ਉਹਦਾ ਦਿਲ ਨਹੀਂ ਕਰਦਾ, MLA ਕਿਹਦਾ ਦਿਲ ਕਰਦਾ, ਉਹਨੂੰ ਸਿਕਿਉਰਟੀਆਂ ਰੱਖਦੇ ਨਾਲ ਵੀ ਕਿਤੇ ਭੁੱਲ ਭੁਲੇਖੇ ਵੀ ਕੋਈ ਸਾਨੂੰ ਇੱਥੇ ਪਹੁੰਚਾ ਨਾ ਦੇਵੇ, ਉਹ ਸਿਕਿਉਰਟੀਆਂ ਰੱਖਦੇ ਆ, ਅਤੇ ਉਹ ਕਹਿੰਦੇ ਵੀ ਗ੍ਰਾਂਟਾਂ ਉੱਥੇ ਬੜੇ ਟੌਹਰ ਨਾਲ ਲਿਖ ਦਿੰਦੇ ਆ, ਅਤੇ ਉਹੀ ਗ੍ਰਾਂਟਾਂ ਜੇ ਸਾਨੂੰ ਰੁਜ਼ਗਾਰ ਦੇਣ ਲਈ, ਜੇ ਕਿਸਾਨਾਂ ਨੂੰ ਸਹੀ ਉਹ ਫਸਲ ਦਾ ਮੁੱਲ ਦੇਣ ਲਈ, ਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਂਟਰ ਖੋਲ੍ਹ ਕੇ, ਜੇ ਉਹਨਾਂ ਮਾਵਾਂ ਦੇ ਹੰਝੂ ਪੂੰਝੇ ਜਾਣ, ਤਾਂ ਗ੍ਰਾਂਟਾਂ ਉੱਥੇ ਆ ਜਾਣ, ਇੱਥੇ ਗ੍ਰਾਂਟਾਂ ਦੀ ਕੀ ਲੋੜ ਹੈ। ਤਾਂ ਜਿਹੜੇ ਕਹਿੰਦੇ ਰਾਮ ਬਾਗ ਸਿਵਿਆਂ ਨੂੰ ਚਮਕਾਇਆ ਜਾ ਰਿਹਾ, ਉਹ ਕਿਸ ਲਈ ਚਮਕਾਇਆ ਜਾ ਰਿਹਾ? ਹਰ ਇੱਕ ਦਾ ਦੁੱਖ ਤੁਹਾਡੇ ਨਾਲ ਸਾਂਝਾ ਕੀਤਾ, ਵੱਖੋ ਵੱਖਰੇ ਵਰਗ ਇੱਥੇ ਲਗਾਤਾਰ ਬੜੇ ਲੋਕ ਬੈਠੇ ਜੀ, ਬੜੇ ਸਾਰੇ ਦੁਖੀ ਹੈ ਜਿੱਥੇ, ਇੱਥੇ ਕੋਈ ਨਹੀਂ ਆਇਆ ਜਿੱਥੇ, ਅਸੀਂ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਅਸੀਂ ਵੀ ਤੁਹਾਡਾ ਹੱਲ ਨਹੀਂ ਕਰ ਸਕੇ, ਪਰ ਆਵਾਜ਼ ਤੁਹਾਡੀ ਚੱਕੀ ਹੈ ਕਿ ਜੇਕਰ ਕੋਈ ਹੱਲ ਕਰ ਦੇਵੇ, ਜੇ ਕਿਸੇ ਦੇ ਕੰਨ 'ਚ ਆਵਾਜ਼ ਪੈ ਜਾਵੇ, ਅਸੀਂ ਲੰਘ ਰਹੇ ਸੀ, ਸਾਨੂੰ ਰੋਕਿਆ ਤੁਸੀਂ, ਰੁੱਖ ਸੁਣਨਾ, ਗੱਲ ਸੁਣਨੀ ਸਾਡਾ ਫਰਜ਼ ਹੈ, ਸਿਸਟਮ ਬਦਲਣਾ, ਉਹ ਸਿਸਟਮ ਬਦਲਣਾ ਲੋਕਾਂ ਨੇ, ਸਰਕਾਰਾਂ 'ਤੇ ਤੱਕ ਇਹ ਆਵਾਜ਼ ਪਹੁੰਚਾਉਣੀ ਸਾਡਾ ਫਰਜ਼ ਹੈ। ਮੈਂ ਅਤੇ ਮੇਰੇ ਸਾਥੀ ਜਗਦੇਵ ਨੇ ਗੱਲਬਾਤ ਜੋ ਇਹਨਾਂ ਨਾਲ ਕੀਤੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਹੈ, ਤੁਸੀਂ ਦੇਖੋ ਸਵਾਲ ਹੁਣ ਪਿੰਡਾਂ 'ਚ ਆਉਣਗੇ, ਇਹਨਾਂ ਲੋਕਾਂ ਦੇ ਸਵਾਲ ਵੀ ਤੁਸੀਂ ਕਰਨੇ, ਕਿਉਂਕਿ ਇਹ ਕਰ ਨਹੀਂ ਸਕਦੇ, ਉਹਨਾਂ ਨੂੰ ਸਮਝਾਓ।